ਇਹ ਬਹੁਮੰਜ਼ਲੀ ਇਮਾਰਤ ਦਾ ਨਮੂਨਾ ਲੰਬੇ ਕਾਰਡ ਪੇਪਰ ਤੋਂ ਤਿਆਰ ਕੀਤਾ ਜਾ ਸਕਦਾ ਹੈ। ਲੰਬੇ ਕਾਰਡ ਪੇਪਰ ਨੂੰ ਸਭ ਤੋਂ ਪਹਿਲਾਂ ਅੱਧੀ, ਫਿਰ ਚੌਥਾਈ ਭਾਗ, ਫਿਰ ਅੱਠਵਾਂ, ਫਿਰ 1/16 ਭਾਗ ਵਿੱਚ ਮੋੜੋ। ਇਸ ਨੂੰ ਖੋਲ੍ਹਣ 'ਤੇ ਤੁਸੀਂ 16 ਸਿਲਵਟ ਲਕੀਰਾਂ ਵੇਖੋਗੇ। ਇਹਨਾਂ ਦੇ ਸੰਦਰਭ ਨੂੰ ਪੱਖੇ ਦੀ ਸ਼ਕਲ ਵਿੱਚ ਮੋੜੋ, ਇੱਕ ਉੱਪਰ ਦੀ ਔਰ ਦੂਜਾ ਥੱਲੇ। ਸਾਰਾ ਨਮੂਨਾ ਇੱਕ ਲਹਿਰਿਆ ਪੇਪਰ ਦੀ ਤਰ੍ਹਾਂ ਦਿਖੇਗਾ। ਫਿਰ ਪੇਪਰ ਨੂੰ ਬੰਦ ਕਰੋ ਅਤੇ ਅੰਤਰ ਲਕੀਰਾਂ ਖਿੱਚੋ ਅਤੇ ਛੋਟੀਆਂ ਲਕੀਰਾਂ ਨੂੰ ਤਰਤੀਬ ਵਿੱਚ ਅੰਤਰ ਰੇਖਾਵਾਂ ਦੇ ਉੱਪਰ ਖਿੱਚੋ। ਅੰਤਰ ਦੀਆਂ ਛੋਟੀਆਂ ਰੇਖਾਵਾਂ ਨੂੰ ਕੱਟੋ। ਕਾਰਡ ਪੇਪਰ ਦੇ ਖੋਲ੍ਹਣ 'ਤੇ ਤੁਸੀਂ ਲੰਬਾ ਪੂਰਾ ਛੇਦ ਦੇਖੋਗੇ। ਇਹ ਲਕੀਰ ਖਿੱਚੋ ਅਤੇ ਛੇਦ ਨੂੰ ਕੱਟੋ। ਛੋਟੀ ਅੰਤਰ ਉੱਤੇ ਗੂੰਦ ਦਾ ਪ੍ਰਯੋਗ ਕਰੋ। ਕਾਰਡ ਪੇਪਰ ਨੂੰ ਅਖੀਰ ਵਿੱਚ ਜੋੜ ਕੇ ਗੋਲਾਕਾਰ ਸ਼ਕਲ ਵਿੱਚ ਬਣਾਓ। ਇਹ ਫੁੱਲਾਂ ਵਾਲੀ ਬੇਲਾਕਾਰ ਸ਼ਕਲ ਨੂੰ ਮੇਜ਼ ਉੱਪਰ ਰੱਖ ਸਕਦੇ ਹੋ। ਵਾਰੋ ਵਾਰੀ ਪੈਨਸਲ ਦੀ ਸਹਾਇਤਾ ਨਾਲ ਅੰਤਰ ਰੇਖਾਵਾਂ ਨੂੰ ਜੋੜੋ। ਇਸ ਨੂੰ ਖਤਮ ਕਰੋ। ਸਾਰਾ ਨਮੂਨਾ ਇੱਕੋ ਬਹੁਮੰਜ਼ਲੀ ਇਮਾਰਤ ਦੀ ਤਰ੍ਹਾਂ ਦਿਖੇਗਾ। ਤੁਸੀਂ ਪੁਰਾਣੇ ਕੈਲੰਡਰ ਤੋਂ ਵੀ ਇਹ ਨਮੂਨਾ ਤਿਆਰ ਕਰ ਸਕਦੇ ਹੋ।